ਕੇ ਵਾਪਿਸ ਪਰਤ ਰਹੇ 6 ਨੌਜਵਾਨਾਂ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਦੱਸਿਆ ਕਿ ਉਹਨਾਂ ਦੀ ਗੱਡੀ ਹਾਸੇ ਦਾ ਸ਼ਿਕਾਰ ਹੋਈ ਹੈ ਇੱਕ ਟਿਪਰ ਦੇ ਨਾਲ ਗੱਡੀ ਦੀ ਭਿਆਨਕ ਟੱਕਰ ਹੋਈ ਹੈ ਨੌਜਵਾਨ ਗੱਡੀ ਦੇ ਵਿੱਚ ਗਾਣੇ ਸੁਣ ਰਹੇ ਸੀ ਇਸ ਦੌਰਾਨ ਉਹਨਾਂ ਨੇ ਕੁਝ ਵੀਡੀਓਜ਼ ਵੀ ਬਣਾਈਆਂ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਉਹਨਾਂ ਦੀਆਂ ਆਖਰੀ ਵੀਡੀਓਜ਼ ਹੀ ਹੋ ਜਾਣਗੀਆਂ ਦੱਸਦੀ ਹੈ ਕਿ 6 ਦੋਸਤ ਜਨਮ ਦਿਨ ਮਨਾ ਕੇ ਵਾਪਿਸ ਪਰਤ ਰਹੇ ਸੀ ਇਸ ਦੌਰਾਨ ਹਾਈਵੇ ਦੇ ਉੱਤੇ ਹਾਸੇ ਦਾ ਸ਼ਿਕਾਰ ਹਰ ਹੁੰਦੇ ਨੇ ਗੱਡੀ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਤੇ ਛਿਆਂ ਦੀ ਮੌਕੇ ਤੇ ਹੀ ਮੌਤ ਖੋ ਜਾਂਦੀ ਹੈ ਮਾਪਿਆਂ ਨੇ ਨਹੀਂ ਸੋਚਿਆ ਹੋਵੇਗਾ ਕਿ ਸਾਡੇ ਪੁੱਤ ਦਾ ਜਨਮ ਦਿਨ ਉਸ ਦਾ ਤੇ ਉਸਦੇ ਦੋਸਤਾਂ ਦਾ ਕਾਲ ਬਣ ਜਾਏਗਾ ਜਨਮ ਦਿਨ ਹੀ ਉਹਨਾਂ ਦਾ ਮਰਨ ਦਿਨ ਬਣ ਜਾਏਗਾ ਦੱਸ ਜਿਏ ਕਿ 6 ਦੋਸਤ ਜਨਮ ਦਿਨ ਮਨਾ ਕੇ ਵਾਪਿਸ ਪਰਤ ਰਹੇ ਸੀ ਵਾਪਿਸ ਪਰਤਦੇ ਹੋਏ ਉਹਨਾਂ ਨੇ ਗੱਡੀ ਦੇ ਵਿੱਚ ਗਾਣੇ ਚਲਾਏ ਗਾਣੇ ਚਲਾ ਕੇ ਵੀਡੀਓ ਬਣਾਈ ਪੂਰਾ ਇੰਜੋਏ ਕਰ ਰਹੇ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਮੌਤ ਰਸਤੇ ਦੇ ਵਿੱਚ ਉਹਨਾਂ ਦੀ ਉਡੀਕ ਕਰ ਰਹੀ ਹੈ ਗੱਡੀ ਜਿਹੜੀ ਹੈ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਇਸ ਤੋਂ ਬਾਅਦ ਦੂਜੀ ਪਾਸੇ ਖੜੇ ਟਰਾਲੇ ਦੇ ਨਾਲ ਗੰਭੀਰ ਰੂਪ ਦੇ ਵਿੱਚ ਟੱਕਰ ਹੁੰਦੀ ਹੈ ਟੱਕਰ ਤੋਂ ਬਾਅਦ ਗੱਡੀ ਬੁਰੇ ਤਰੀਕੇ ਨਾਲ ਨੁਕਸਾਨੀ ਜਾਂਦੀ ਹੈ ਤੇ 6 ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਹ ਸਾਰੇ ਦੋਸਤ ਇੱਕੋ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਿੱਥੇ ਤਕਰੀਬਨ 6 ਘਰਾਂ ਦੇ ਵਿੱਚ ਸੱੱਥਰ ਵਿੱਚ ਗਏ ਨੇ ਇਹ 6 ਦੇ 6 ਦੋਸਤ ਜਨਮ ਦਿਨ ਮਨਾ ਕੇ ਵਾਪਿਸ ਘਰ ਪਰਤ ਰਹੇ ਸੀ ਫਰੀਦাবাদ ਦੇ ਵਿੱਚ ਇਹ ਦਰਦਨਾਕ ਹਾਦਸਾ ਹੋਇਆ ਜਿੱਥੇ 6 ਜਨੀਆਂ ਦੀ ਮੌਕੇ ਤੇ ਮੌਤ ਹੋ ਗਈ ਹੈ ਮ੍ਰਿਤਕਾਂ ਦੀ ਪਛਾਣ ਜਤਿਨ ਵਿਸ਼ਾਲ ਆਕਾਸ਼ ਸੰਦੀਪ ਪੁਨੀਤ ਤੇ ਬਲਜੀਤ ਦੇ ਰੂਪ ਵਿੱਚ ਹੋਈ ਹੈ ਇਹ ਸਾਰੇ ਜਾਨੇ ਜਨਮ ਦਿਨ ਮਨਾ ਕੇ ਵਾਪਿਸ ਘਰ ਪਰਤ ਰਹੇ ਸੀ ਪਰ ਰਸਤੇ ਦੇ ਵਿੱਚ ਇੱਕ ਦਰਦਨਾਕ ਹਾਸੇ ਦਾ ਸ਼ਿਕਾਰ ਹੋਈ ਹੈ ਦੱਸਦੀ ਹੈ ਕਿ ਇਹਨਾਂ ਦੀ ਗੱਡ ਵੀ ਪਹਿਲਾਂ ਉਸ ਦਾ ਸੰਤੁਲਨ ਵਿਗੜਦਾ ਹੈ ਡਿਵਾਈਡਰ ਦੇ ਨਾਲ ਜਦ ਟਕਰਾਂਦੀ ਹੈ ਡਿਵਾਈਡਰ ਦੇ ਨਾਲ ਜਦੋਂ ਟੱਕਰ ਹੁੰਦੀ ਹੈ ਤਾਂ ਗੱਡੀ ਘੁੰਮ ਜਾਂਦੀ ਹੈ ਜਿਸ ਦੇ ਨਾਲ ਦੂਜੇ ਪਾਸੇ ਤੁਰ ਰਹੇ ਟਿੱਪਰ ਦੇ ਨਾਲ ਟੱਕਰ ਹੋ ਜਾਂਦੀ ਹੈ ਤਾਂ ਇਹਨਾਂ ਦੋਸਤਾਂ ਦੇ ਵੱਲੋਂ ਗੱਡੀ ਦੇ ਵਿੱਚ ਗਾਣੇ ਸੁਣਦੇ ਹੋਏ ਵੀਡੀਓ ਵੀ ਬਣਾਈ ਜਾ ਰਹੀ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਅਗਲੇ ਹੀ ਪਲ ਮੌਤ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਵਾਨ ਮੁੰਡਿਆਂ ਦੀ ਮੌਤ ਹੋ ਗਈ ਹੈ 6 ਦੇ ਕਰੀਬ ਇਹ ਨੌਜਵਾਨ ਨੇ ਜਿਹੜੇ ਜਨਮ ਦਿਨ ਇੱਕ ਕਹਤੇ ਮਨਾ ਕਿ ਆਪੋ ਆਪਣੇ ਘਰਾਂ ਨੂੰ ਵਾਪਿਸ ਪਰਤ ਰਹੇ ਸੀ ਕਾਫੀ ਇੰਜੋਏ ਕਰ ਰਹੇ ਸੀ ਗਾਣੇ ਸੁਣ ਰਹੇ ਸੀ ਕਿਉਂਕਿ ਜੋ ਆਖਰੀ ਤਸਵੀਰਾਂ ਨੌਜਵਾਨਾਂ ਦੀਆਂ ਸਾਹਮਣੇ ਆਈਆਂ ਇਹਨਾਂ ਦੇ ਵੱਲੋਂ ਲਾਈਵ ਕੋ ਕੇ ਵੀਡੀਓ ਵੀ ਜਿਹੜੀ ਹੈ ਉਹ ਪਾਈ ਗਈ ਸੀ ਤਾਂ ਇੱਕ ਦੂਜੇ ਦੇ ਨਾਲ ਹੱਥਾਂ ਦੇ ਵਿੱਚ ਹੱਥ ਪਾ ਕੇ ਇਹ ਨੌਜਵਾਨ ਗਾਣੇ ਸੁਣ ਰਹੀ ਹੈ ਔਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਜਿਸ ਤਰੀਕੇ ਦੇ ਨਾਲ ਇਹ ਜਨਮ ਦਿਨ ਮਨਾਣ ਗਏ ਹੋਏ ਨੇ ਉਹ ਜਨਮ ਦਿਨ ਹੀ ਇਹਨਾਂ ਦਾ ਮਰਨ ਦਿਨ ਬਣ ਜਾਏਗਾ ਤਾਂ ਦੱਸ ਜੇ ਇਹ 6 ਦੇ ਕਰੀਬ ਇਹ ਨੌਜਵਾਨ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਸਾਰਿਆਂ ਦੀ ਉਮਰ 20 ਸਾਲ ਤੋਂ ਉੱਪਰ ਦੱਸੀ ਜਾ ਰਹੀ ਹੈ ਤਾਂ ਇਹ 6 ਦੋਸਤ ਜਨਮ ਦਿਨ ਮਨਾ ਕੇ ਆਪਣੇ ਪਿੰਡ ਘਰ ਪਾਸੇ ਪਰਤ ਰਹੇ ਸੀ ਪਰ ਰਸਤੇ ਦੇ ਵਿੱਚ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਬਣਾਈ ਗਈ ਉਹ ਯਾਦਗਾਰ ਵੀਡੀਓ ਉਹਨਾਂ ਦੀ ਆਖਰੀ ਵੀਡੀਓ ਬਣ ਗਈ ਹੈ ਫੋਨ ਦੇ ਵਿੱਚੋਂ ਇੱਕ ਨੌਜਵਾਨ ਦੇ ਇਹ ਵੀਡੀਓ ਮਿਲੀ ਹੈ ਇਹ ਨੌਜਵਾਨ ਜਿਹੜੇ ਹੈ ਇਹ ਗਾਣੇ ਸੁਣਦੇ ਸੁਣਦੇ ਵੀਡੀਓ ਬਣਾ ਰਹੇ ਸੀ ਪਰ ਪਤਾ ਨਹੀਂ ਸੀ ਕਿ ਇਹ ਉਹਨਾਂ ਦੀ ਆਖਰੀ ਵੀਡੀਓ ਬਣ ਜਾਏਗੀ